पंजाब के हर शहर में लड़ीवार ढंग से रोष प्रदर्शन श्रोमणी अकाली दल की ओर से किया जा रहा है। आज जलंधर के कंपनी बाग चौक में श्रोमणी अकाली दल ने कई मुद्दों को लेकर रोष प्रदर्शन किया, जिसमें आम लोगों के साथ साथ विद्यार्थियों ने भी हिस्सा लिया। सीनियर अकाली नेता सरजीत सिंह मक्कड़ ने कहा कि पंजाब सरकार ने नीले कार्डों में कटौती की है, जो कि आम जनता गरीब जनता के साथ अन्याय है। महामारी के दौरान राशन वितरण भी सही ढंग से नहीं हुआ और विद्यार्थियों को उनकी पोस्ट मैट्रिक स्कॉलरशिप स्कीम के तहत फंड भी नहीं मिले हैं। इसके अलावा उन्हें अवैध शराब पर बोलते हुए कहा कि अगर पंजाब सरकार पहले इस ओर ध्यान देती है तो इतनी बड़ी त्रासदी ना होती। इस समय पंजाब में ये बहुत बड़ी त्रासदी है। मेरा नाम मनदीप है। मनदीप जी, आज केड़ा प्रोटेस्ट किया जा रहा है ओदे बारे? पोस्ट मैरिज स्कॉलरशिप दे नाल दे रिलेटेड प्रोटेस्ट कर रहे हैं कि जो भी साडी स्टडी है वो पोस्ट मैरिज स्कॉलरशिप दे नाल चलती है। जब तक साडी पोस्ट मैरिज स्कॉलरशिप नहीं आएगी सानू स्टडी तो इत्थे ही वांझा रखा जाएगा। आई थिंक सो साडी सरकार नू ये बेनती आ कि वो साडी पोस्ट मैरिज जिहड़ी स्कॉलरशिप साडी आंदी है ओनू सानू हर हालत दे विच सानू दित्ती जावे तां जो असीं अपनी स्टडी कंटिन्यू कर सकीए। ਸਾਡੀ ਸਟੱਡੀ ਦੇ ਵਿੱਚ ਜਿਹੜਾ ਗੈਪ ਆਉਂਦਾ ਹੈ ਉਹ ਸਿਰਫ ਇਸੇ ਕਰਕੇ ਰੁਕਾਵਟ ਆਉਂਦੀ ਹੈ, ਕਾਲਜਾਂ ਵਾਲੇ ਸਾਡੇ ਤੋਂ ਫੀਸਾਂ ਮੰਗਦੇ ਜਿਨ੍ਹਾਂ ਕਰਕੇ ਕਾਫੀ ਬੱਚੇ ਪੜ੍ਹਾਈਆਂ ਛੱਡ ਜਾਂਦੇ ਆ। ਅਸੀਂ ਨਹੀਂ ਜਾਣਦੇ ਕਿ ਪੜ੍ਹਨ ਵਾਲਾ ਬੱਚਾ ਆਪਣੀ ਸਟੱਡੀ ਛੱਡੇ ਜਾਂ ਆਪਣੀ ਪੜ੍ਹਾਈ ਛੱਡੇ। ਹਰ ਹਾਲਤ ਵਿੱਚ ਸਰਕਾਰ ਨੂੰ ਇਹ ਸਾਡੀ ਰਿਕੁਐਸਟ ਹੈ ਕਿ ਉਹ ਸਾਡੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਾਨੂੰ ਦੇਣ, ਹਰ ਹਾਲਤ ਸਾਨੂੰ ਦੇਣ ਕਿ ਬੱਚੇ ਆਪਣੀ ਸਟੱਡੀ ਕੰਟੀਨਿਊ ਕਰ ਸਕਣ। ਮੈਮ ਕਿਹੜੀ ਕਲਾਸ ਹੈ ਤੁਹਾਡੀ? ਮੈਂ ਪੀਜੀਡੀਸੀਏ ਫਾਈਨਲ ਸੈਮੈਸਟਰ ਦੀ ਸਟੂਡੈਂਟ ਹਾਂ। ਨਾ ਸਰਕਾਰ ਨੇ ਤੁਹਾਡੀਆਂ ਮੰਗਾਂ ਮੰਗੇ ਕੀ ਅਗਲੀ ਕੀ ਰਣਨੀਤੀ ਹੋਏਗੀ ਤੁਹਾਡੀ? ਅਗਲੀ ਫਿਰ ਅਸੀਂ ਇੱਦਾਂ ਹੀ ਸੜਕਾਂ ਤੇ ਉਤਰਾਂਗੇ, ਸਟੂਡੈਂਟ ਇਕੱਠੇ ਹੋਣਗੇ ਤੇ ਫਿਰ ਜੋ ਵੀ ਸਾਡੇ ਤੋਂ ਹੋਏਗਾ ਤੇ ਫਿਰ ਅਸੀਂ ਕਰਾਂਗੇ, ਕਿਉਂਕਿ ਜੇ ਸਾਡੀ ਇਹ ਹਰ ਵਾਰੀ ਸਰਕਾਰ ਵਾਅਦੇ ਕਰ ਦਿੰਦੀ ਹੈ ਐਵੇਂ ਕਿ ਤੋਂ ਲੈਕਚਰ ਆਉਂਦੇ ਆ ਤੇ ਉਦੋਂ ਐਵੇਂ ਆਪਾਂ ਸਕਾਲਰਸ਼ਿਪ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ, ਅਸੀਂ ਕੋਟੇ ਨੂੰ ਪੜ੍ਹਾਵਾਂਗੇ ਤੇ ਕਦੋਂ ਸਰਕਾਰ ਦਾ ਟਾਈਮ ਖਤਮ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਸਰਕਾਰ ਬੱਚਿਆਂ ਨੂੰ ਭੁੱਲ ਜਾਂਦੀ ਹੈਗੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਪਿਛਲੇ ਕਈ ਸਾਲਾਂ ਤੋਂ ਅਸੀਂ ਇਹੀ ਕੁਝ ਸੁਣਦੇ ਆ ਰਹੇ ਹਾਂ ਕਿ ਆਉਣ ਵਾਲੀ ਸਰਕਾਰ ਤੁਹਾਡੇ ਸਪੋਰਟਸ ਮੈਰਿਜ ਸਕਾਲਰਸ਼ਿਪ ਤੁਹਾਨੂੰ ਦੇਵੇਗੀ। ਅਸੀਂ ਹਰ ਸਾਲ ਤੋਂ ਇਹੀ ਸੁਣਦੇ ਆ ਰਹੇ ਹਾਂ ਪਰ ਸਾਨੂੰ ਨਹੀਂ ਮਿਲਦੀ ਹੈ। ਅਸੀਂ ਹਰ ਸਾਲ ਇਹੀ ਗੱਲਾਂ ਕਰਦੇ ਹਾਂ ਕਿ ਸਰਕਾਰ ਸਾਨੂੰ ਆਉਣ ਵਾਲੀ ਸਰਕਾਰ ਜੋ ਹੈ ਜੋ ਚੱਲਦੀ ਸਰਕਾਰ ਹੈ ਸਾਡੀਆਂ ਸਕਾਲਰਸ਼ਿਪਾਂ ਸਾਨੂੰ ਦੇਵੇ। ਸਾਰੇ ਕਹਿੰਦੇ ਆ ਕਿ ਸਾਡੀ ਅਕਾਊਂਟ 'ਚ ਆਏਗੀ, ਸਾਨੂੰ ਕੁਛ ਨਹੀਂ ਮਿਲਦਾ। ਬੱਚੇ ਆਪਣੀਆਂ ਫੀਸਾਂ ਬਹੁਤ ਜ਼ਿਆਦਾ ਫੀਸਾਂ ਭਰ ਕੇ ਸਟੱਡੀ ਕਰਦੇ ਆ, ਕੁਛ ਬੱਚੇ ਤਾਂ ਇਹਨਾਂ ਮੁੱਦਿਆਂ ਦੇ ਵਿੱਚ ਰਹਿ ਰਹਿ ਕੇ ਸਟੱਡੀ ਛੱਡ ਜਾਂਦੇ ਆ। ਪ੍ਰੋਟੈਸਟ ਹੈ ਕਿ ਜਿਹੜੀਆਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਹੈ ਉਹਦੇ ਖਿਲਾਫ ਜਿਹੜਾ ਇਹ ਜਨ ਵਿਰੋਧ ਤੁਸੀਂ ਦੇਖ ਰਹੇ ਹੋ, ਵਿਸ਼ਾਲ ਜਨ ਸਮੂਹ ਹੈ। ਭਾਵੇਂ ਅਸੀਂ ਲੋਕਾਂ ਨੂੰ ਕਿਹਾ ਵੀ ਸੀ ਵੀ ਥੋੜ੍ਹੇ ਥੋੜ੍ਹੇ ਬੰਦੇ ਆਇਓ, ਪਰ ਉਹ ਆਪ ਮੁਹਾਰੇ ਦੁਖੀ ਇੰਨੇ ਆ ਕਿ ਉਹ ਆਪ ਨਿਕਲੇ ਹੋਏ ਆ। ਜਿੱਦਾਂ ਕਿ ਬਿਜਲੀ ਦੇ ਬਿੱਲਾਂ ਦੇ ਵਿੱਚ ਅਥਾਹ ਵਾਧਾ ਕੀਤਾ ਹੋਇਆ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਜਿਹੜੇ ਆ ਫੰਡਸ ਆ ਉਹ ਨਹੀਂ ਸਰਕਾਰ ਰਿਲੇ ਕਰ ਪਾ ਰਹੀ, ਦੇ ਨਹੀਂ ਰਹੀ ਇੰਸਟੀਚਿਊਟਾਂ ਨੂੰ। ਨੀਲੇ ਕਾਰਡ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ ਹੋਏ ਆ, ਰਾਸ਼ਨ ਜਿਹੜਾ ਇਹਨਾਂ ਨੇ ਦਬਾ ਕੇ ਰੱਖ ਲਿਆ, ਇਹਨਾਂ ਦੇ ਵਿਧਾਇਕਾਂ ਨੇ ਦਬਾ ਕੇ ਰੱਖ ਲਿਆ, ਔਰ ਸ਼ਰਾਬ ਔਰ ਅਵੈਧ ਮਾਈਨਿੰਗ ਵੱਲ ਨੂੰ ਇਹਨਾਂ ਦਾ ਧਿਆਨ ਹੈ, ਤਾਂ ਉਹ ਸਾਰੇ ਰੋਸ਼ ਵਜੋਂ ਅੱਜ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਮੁਜ਼ਾਹਰੇ 1 ਤਰੀਕ ਤੋਂ ਸ਼ੁਰੂ ਕੀਤੇ ਪਏ ਸ਼੍ਰੋਮਣੀ ਅਕਾਲੀ ਦਲ ਵੱਲੋਂ। ਸਰ ਜਿਹੜੀ ਗੱਲ ਕਰੀਏ ਸ਼ਰਾਬ ਦੀ, ਸ਼ਰਾਬ ਦੇ ਨਾਲ ਕਈ ਲੋਕ ਮਰ ਗਏ ਹੋਏ ਨੇ, ਜਿਹੜਾ ਉਹਦੇ ਬਾਰੇ ਕਈ ਲੋਕ ਨਹੀਂ ਮਰੇ, ਉਹ ਲੋਕ ਮਰੇ ਆ ਜਿਹੜੇ ਰੋਜ਼ਮਰਾ ਦੀ ਆਪਣੀ ਇਨਕਮ ਵਿਚਾਰੇ ਕਮਾ ਕਮੂ ਕੇ ਲੈ ਕੇ ਜਾਂਦੇ ਸੀਗੇ ਤੇ ਥੋੜ੍ਹੀ ਜਿਹੀ ਰਾਤ ਨੂੰ ਜਾ ਕੇ ਕਿਤੇ ਸ਼ਰਾਬ, ਉਹ ਗਰੀਬ ਬੰਦੇ ਹੀ ਪੀਂਦੇ ਸੀਗੇ ਨਾ ਜਿਹੜੀ ਦੇਸੀ ਸ਼ਰਾਬ ਸੀਗੀ, ਕੋਈ ਅਮੀਰ ਤਾਂ ਨਹੀਂ ਸੀ ਪੀਂਦਾ। ਮੈਂ ਕਹਿੰਦਾ ਕੈਪਟਨ ਸਾਹਿਬ ਪੀ ਕੇ ਦੱਸਣ, ਜਾਂ ਕੈਪਟਨ ਸਾਹਿਬ ਦੇ ਮੰਤਰੀ ਜਿਹੜੇ ਇਹ ਸ਼ਰਾਬ ਨੂੰ ਬਣਾਉਂਦੇ ਆ, ਜਿਹੜੇ ਇਹਨਾਂ ਦੇ ਰਾਜਨੇਤਾ ਸ਼ਰਾਬ ਬਣਾਉਂਦੇ ਆ, ਇਹਨਾਂ ਨੂੰ ਵੀ ਚਾਹੀਦਾ ਵੀ ਉਹ ਸ਼ਰਾਬ ਪੀਣ। ਇਹ ਕਿਉਂ ਗਰੀਬ ਲੋਕਾਂ ਦਾ ਮਤਲਬ ਉਹਨਾਂ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ? ਮੈਂ ਤਾਂ ਕਹੂੰਗਾ ਇਹ ਕਾਤਲ ਸਰਕਾਰ ਹੈ, ਇਹਨਾਂ ਨੇ ਕਤਲ ਕੀਤੇ ਇਹ। ਦੇਖੋ ਸਰਕਾਰ ਦੇ ਜਿਹੜੇ 3 ਜਿਹੜੀਆਂ ਨਾ, ਮੈਂ ਕਹੂੰਗਾ ਲੋਕਡਾਊਨ ਦੇ ਦਰਮਿਆਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਮੁੱਖ ਸੁਵਿਧਾਵਾਂ ਮੈਂ ਕਹੂੰਗਾ ਜਿਹੜੀਆਂ ਸਰਕਾਰ ਨੇ ਦਿੱਤੀਆਂ ਉਹ ਕੀ ਸੀ? ਘਰੋ ਘਰੀ ਸ਼ਰਾਬ, ਹਰ ਮੁਹੱਲੇ ਦੇ ਵਿੱਚ ਸ਼ਰਾਬ ਵਿਕਣ ਡਈ ਹੋਈ ਆ, ਹਰ ਘਰ ਦੇ ਵਿੱਚ ਸ਼ਰਾਬ ਅਵੈਧ ਵਿਕਣ ਡਈ ਹੋਈ ਆ, ਔਰ ਨਾਲ ਦੇ ਨਾਲ ਜਿਹੜੀ ਪੁਲਿਸ ਦਾ ਜੋ ਅਸਲ ਕੰਮ ਸੀਗਾ ਉਸ ਅਸਲ ਕੰਮ ਤੋਂ ਵੇਸਲੀ ਹੋ ਗਏ, ਉਹਨਾਂ ਨੂੰ ਰੈਵਨਿਊ ਇਕੱਠਾ ਕਰਨ ਨੂੰ ਲਾਤਾ, ਉਹਨਾਂ ਨੂੰ ਚਲਾਨਾਂ ਵੱਲ ਨੂੰ ਲਾਤਾ। ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਇੱਕ ਨੌਜਵਾਨ ਮੁੰਡੇ ਨੂੰ 26,000 ਰੁਪਇਆ ਜੁਰਮਾਨਾ ਇਹਨਾਂ ਨੇ ਕੀਤਾ ਆਹ ਪੁਲਿਸ ਨੇ, ਤੇ ਉਸ ਵਿਚਾਰੇ ਨੇ ਆਤਮ ਹੱਤਿਆ ਕਰ ਲਈ। ਇੱਦਾਂ ਹੀ ਸ਼ਰਾਬ ਵਾਲਿਆਂ ਨੇ, ਤੁਸੀਂ ਦੇਖੋ ਇਹ ਕਾਤਲ ਸਰਕਾਰ ਹੈ। ਕਿਹੜੀ ਕਿਹੜੀ ਇਹਨਾਂ ਦੀ ਗੱਲ ਕਰੀਏ, ਕਿਸੇ ਵੀ ਗੱਲ 'ਤੇ ਜੋ ਵਾਅਦੇ ਇਹ ਕਰਕੇ ਆਏ ਸੀ ਇੱਕ ਵੀ ਵਾਅਦਾ ਇਹਨਾਂ ਨੇ ਫੁਲਫਿਲ ਨਹੀਂ ਕੀਤਾ। ਅੱਜ ਦਾ ਜਿਹੜਾ ਕੀਤਾ ਜਾ ਰਿਹਾ ਹੈ ਇਹਦੇ ਵਿੱਚ, ਪਹਿਲੀ ਗੱਲ ਤਾਂ ਨਸ਼ਾ ਤੇ ਗਰੀਬਾਂ ਦੇ ਕੱਟੇ ਹੋਏ ਕਾਰਡ, ਜਿਹੜੀ ਇੰਸ਼ੋਰੈਂਸ ਪੰਜਾਬ ਸਰਕਾਰ ਨੇ ਦਿੱਤੀ ਸੀ ਉਹ ਸਾਰੀ ਇੰਸ਼ੋਰੈਂਸ
इन्होंने बंद कर दिती, जिन्हिया गरीबा दवायत सी सारिया बंद कर दतिया। असी कह के गरीबा दे नाल धक्का ना करो, जिन्हां दे कार्ड कटे ने कार्ड लाओ, जिन्हां दी पेंशन बंद की उन्होंने पेंशन दो, ते जेड़ा मोदी साहब का राशन तुसीं 3 महीने का नहीं वड्डिया दोबारा दिओ, ते 5 महीने अगला राशन बहुत ठीक तरीके नाल कमेटियां बना के दिओ, जिंदे नाल किसे गरीब नूं लचार ना होना पवे। ये गरीबां दा हक दा एसी वीरां दे हक दे विच ये धरना हैगा, ते धरना हर मोड़ ते आ, तुसीं देखो किन्ना चाह आ हर पिंड च हर थां ते, जे लोकी दुखी ने ते धरना दे रहे ने। असी लोकां दे हक च निकले आ श्रोमणी अकाली दल, ते बहुत तगड़े हो के अपने लोगों की मदद करांगे, पुराना राज लियावांगे, सरदार प्रकाश सिंह बादल वांगू संगत दर्शन करावांगे। ते मैं कैप्टन साहब नूं बेनती करदा कि जिहड़ी इह शराब दे विच 115 बंदे मर चुके ने, होर भी मरने ने, हर पिंड च बंदे मर रहे ने, हर थां ते शराब गलत विक रही, इहनूं बंद कराओ। ते असीं नाल मदद करन नूं तैयार हाँ कि जिथे जिथे लोग वेचते ने उन्हां नूं बंद कराओ, ते इन्हां नूं सजावां दिओ। ये बड़ा जरूरी काम आ, गरीब मारे गए, गरीबां दे घर खत्म हो गए, पर इन्हां नूं मुआवजे हुण दिओ, जिहड़ा हो चुका है उहदे मुआवजे भी दिओ, ते केस भी बणाओ। अद्धे ठेके इन्होंने खोले ने, पर शराब के ठेके का रेवीन्यू 6 अरब रुपया खराब किया। लोगों नूं रोटी वास्ते राशन ना मिले, तुहाडी गल बिल्कुल सच्ची है कि शराब के ठेकियां नूं जिहड़ा ओवर टाइम दिता है, दिता तो रेवीन्यू नूं, पर रेवीन्यू तो लै गए कांग्रेसी, शराब तो किसी ने खरीदी नहीं। क्यों नहीं खरीदी? कि लोगों के घर च बोतल की थान पर पेटियां पहुँच गई सी। ये सारा अज पंजाब लीडरशिप के बिना चल रहा है। इस करोना च कोई कांग्रसी MLA कोई मिनिस्टर बाहर नहीं निकलिया, तो कैप्टन साहब तो बिल्कुल ही नहीं निकले। जो अगला मंग ना मनी, अज करोना का कहर आ, करोना के कहर च वड्डे इकट्ठ असी नहीं किए, असी पिंडों पिंडी वाडो वाडी किया भी डिस्टेंस बना के खलोवो, पर लेकिन ये सड़कों के उत्ते लड़ाई आएगी, ये पब्लिक लड़ाई लड़ेगी, असी पब्लिक के नाल खलोवांगे, ते गुरु महाराज आने वाले समय के सानू सेवा बख्शेगा, असी फिर दिलों होकर सेवा करांगे। पर अज असी ओपोजिशन की मदद करने तैयार हाँ कि तुसीं जिहड़ा एजेंडा भी खड़ा हुंदा उन मुढ़ो लवो, लोगों को सजावां दिओ। बड़े लोग 12,000 लोग शराब नाल गिनती च मर चुके ने पहला, पर कोई मजिस्ट्रेट इनकुआरियां कोई पुलिस दियां इनकुआरियां कम नहीं आईयां। अगो कम लियाओ, अपना कानून बदलो, अपना तरीका बनाओ, इस विच इंटरफेयर जिहड़े MLA करदे ने उहनां दोवां चों नूं सस्पेंड करो। इहदा प्रोटेस्ट इस बाबत है कि जिहड़े दलित विद्यार्थी उन्होंने वजीफे ने सरकार ने और रोके हुए ने, बहुत लंबे समय तो यह वजीफे रोके ने, और उन्होंने बच्चों ने स्कूलों में कॉलेजों में पढ़ने दिक्कत आ रही है, स्कूलों कॉलेजों वाले फीस मंगते हैं, जबकि सरकार ने सेंटर सरकार ने 309 करोड़ रुपया भेज दिता, पंजाब सरकार ने अपना हिस्सा पा के वह इन बच्चों जो स्कूलों और कॉलेजों के फंडिंग करनी है, वो सरकार फंडिंग नहीं कर रही। मैं दसना चाहना कि इस तो पहला श्रोमणी अकाली दल भारतीय जनता पार्टी की सरकार ने जोड़े ये फंड के पैसे से अपनी जो सरकार 17 तक सी और 60% स्टूडेंटा उन्होंने अकाउंटा पैसे पा के उन्होंने कॉलेजों स्कूलों पैसे पा के वह दते। उस तो बाद 17 साड़ी सरकार चल गई, 18, 19 ते 20 तीन साल के 309 करोड़ रुपया सेंटर सरकार ने भेजा, पर पंजाब सरकार ने अपना हिस्सा में शेयर करना जो करके वह नहीं दिता। मैं समझना ये जी पंजाब सरकार बेईमान हो चुकी है, दलतों के बच्चों का भविष्य जरा खराब कर रही है, और मैं लोगों को अपील करदा कि सरकार की चाल समझ के श्रोमणी अकाली दल से लड़ लगो। वाहिगुरू जी का खालसा। ब्यूरो फिर अचानक न्यूज़ जलंधर।